ಕೆಲಸಕ್ಕೆ ಮಾಡಿ ನನ್ನ ಹಾಕೆ ತರೋಗಲ್ಲ ದೇಮದ ಬಾಂಕೆ. ನಾ ಸುಲ್ತಾನ್ ತೀರ ಛೋಟ ಹೀರೆ. ಓ ಸುಲ್ತಾನ್ ತೇರ ಸ್ನಾನ ಹಟ್ ಜೋ ಕ್ಯಾ ವಾ ಅಲ್ಲಿ ಎಲ್ಲರೂ ಲಾಯಕ ಮತ್ತೆ ಎಲ್ಲ ಖೇಲೇ ನಾ ಕಡ್ಡಿ ಆರ್ ಸ್ನಾನ್ ತೂ ಮೇರೆ ಕೋಲ ಆ ಜಾ. ਅੱਛਾ ਸੀ ਮੁੰਡਿਆਂ ਨੂੰ ਸਕੂਲੇ ਪਾ ਦੇ, ਮਾਸਟਰ ਫੈਂਟੀ ਲਾਣਗੇ ਤੇ ਬੰਦੇ ਦੇ ਪੁੱਤਰ ਬਣ ਜਾਣਗੇ, ਪਰ ਤੂੰ ਤੇ ਚਾਹਨੀ ਹੈ ਤੇਰੇ ਮੁੰਡਿਆਂ ਨੂੰ ਕੋਈ ਹਾਥੀ ਨਾ ਲਾਵੇ, ਵੱਡਿਆਂ ਹੋ ਕੇ ਗੈਰਾਂ ਦਾ ਮੂੰਹ ਵੇਖਦੇ ਫਿਰਨਗੇ. ਅਜੇ ਕਿਹੜਾ ਬੁੱਢੇ ਹੋ ਗਏ ਨੇ, ਸਕੂਲੇ ਵੀ ਪਾ ਲਾਂਗੇ. ਇੰਜਾ ਹੀ ਸੋਚਦੀ ਰਹੇਗੀ ਨਾ ਤੇ ਬੁੱਢੇ ਵੀ ਹੋ ਜਾਣਗੇ. ਲੈ ਪੁੱਤਰ ਤੂੰ ਤੇ ਬਹਿ ਨਾ, ਰੋਟੀ ਖਾ ਲੈ. ਪਾਜੀ ਨੂੰ ਆ ਲੈਂਦੇ ਤਾਂ ਇਕੱਠੇ ਰੋਟੀ ਖਾਵਾਂਗੇ. ਲਾਲਾ ਅਜੇ ਤੱਕ ਪੱਠੇ ਲੈ ਕੇ ਨਹੀਂ ਆਇਆ. ਆ ਹੀ ਰਿਹਾ ਹੋਵੇਗਾ, ਉਹ ਫੁੱਟਣ ਤੋਂ ਪਹਿਲੇ ਚਲਾ ਜਾਂਦਾ ਹੈ, ਤੀਲਾ ਤੀਲਾ ਇਕੱਠਾ ਕਰਦਾ ਹੈ ਤਾਂ ਜਾ ਕੇ ਕਿਧਰੇ ਪੱਠਿਆਂ ਦੀ ਪੰਡ ਬਣਦੀ ਹੈ. ਉਹ ਤੇ ਠੀਕ ਹੈ, ਪਰ ਕਿੰਨੀ ਮਿਹਨਤ ਕਰਦਾ ਹੈ ਵਿਚਾਰਾ. ਪਿੰਡ ਵਿੱਚ 4 ਕਿੱਲੇ ਜ਼ਮੀਨ ਹੈ ਉਹਦੀ, ਉਹ ਵੀ ਉਹਨੇ ਕਦੀ ਆਪਣੀ ਨਹੀਂ ਸਮਝੀ. ਮੈਂ ਤੇ ਕਦੀ ਕਦੀ ਸੋਚਨੀ ਹਾਂ ਕਿ ਉਹਦੇ ਸੁੱਖ ਦੀ ਛਾਂ ਸਾਡੇ ਸਿਰਾਂ ਤੇ ਨਾ ਹੁੰਦੀ ਤੇ ਅਸੀਂ ਜ਼ਿੰਦਗੀ ਦੇ ਤੁੱਪੀ ਸੜ ਬਲ ਜਾਣਾ ਸੀ. ਵੱਡਾ ਭਰਾ ਜੋ ਹੋਇਆ ਅਸੀਂ ਵੀ ਤੁਹਾਡੀ ਇੱਜ਼ਤ ਮਾਂ ਪਿਓ ਤੋਂ ਵੱਧ ਕਰਨੇ ਆ. ਅਸੀਂ ਉਹਦੇ ਤੇ ਇਹਸਾਨ ਨਹੀਂ ਕਰਦੇ, ਉਹ ਹੈ ਇੱਜ਼ਤ ਦੇ ਲਾਇਕ. ਛੋਟੇ ਜਿਹੇ ਜੀਵੇ ਨੂੰ ਬਚਾਉਣ ਲਈ ਇੱਡੇ ਵੱਡੇ ਤੂਫਾਨ ਦੀ ਲੋੜ ਤੇ ਨਹੀਂ ਸੀ, ਪਰ ਅਸੀਂ ਸੋਚਿਆ ਕਿ ਰੋਜ਼ ਰੋਜ਼ ਦੀਆਂ ਤੂਫਾਨ ਤੋਂ ਜਾਨ ਛੁੱਟੇ. ਉਹ ਇੰਨੇ ਉੱਚੇ ਬੋਲ ਨਾ ਬੋਲ ਜਗੀਰਦਾਰਾ, ਜਦੋਂ ਗਰੂਰ ਦਾ ਪੋਲ ਖੁੱਲ ਜਾਏ ਤੇ ਫਿਰ ਗਰੂਰ ਮਿੱਟੀ ਚ ਮਿਲ ਜਾਂਦੇ ਨੇ. ਜੋਲਾਂਗੇ ਜਿਵੇਂ ਬੱਚੇ ਚਿੜੀ ਦੇ ਬੋਟ ਨੂੰ ਚਿੱਕੜ ਵਿੱਚ ਮਦੋ ਦਿੰਦੇ ਨੇ. ਜੇ ਸਜ਼ਾ ਤੋਂ ਬਚਣਾ ਚਾਹਨਾ ਹੈ ਤੇ ਉਹਨਾਂ ਕਾਗਜ਼ਾਂ ਤੇ ਦਸਤਖਤ ਕਰ ਦੇ ਕਿ ਤੂੰ ਜ਼ਮੀਨ ਦਾ ਟੁਕੜਾ ਸਾਡੇ ਹੱਥ ਵੇਚ ਦਿੱਤਾ ਹੈ. ਉਹ ਨਹੀਂ, ਮੈਂ ਆਪ ਵਿਕ ਜਾਊਂਗਾ ਔਰ ਆਪਣੀ ਜ਼ਮੀਨ ਕਿਸੇ ਕੀਮਤ ਤੇ ਨਹੀਂ ਵੇਚਾਂਗਾ. ਤੂੰ ਜ਼ਮੀਨ ਵੇਚੇਗਾ, ਜ਼ਰੂਰ ਵੇਚੇਗਾ ਤੇ ਹੁਣੇ ਵੇਚੇਗਾ. ਜਹਾਂਗੀਰਿਆ ਇਹਨਾਂ ਦੋਵਾਂ ਬੱਚਿਆਂ ਨੂੰ ਸੁਲਤਾਨ ਤੇ ਅਰਸਲਾਨ ਦੱਸ ਜਾਓ ਪੁੱਤਰ, ਦੱਸ ਜਾਓ ਨਹੀਂ ਤੇ ਜ਼ਾਲਮ ਤੁਹਾਨੂੰ ਵੀ ਮਾਰ ਦੇਣਗੇ. ਦੱਸ ਜਾਓ ਪੁੱਤਰ, ਦੱਸ ਜਾਓ. ਬੱਚੇ ਨੱਸ ਗਏ ਨੇ, ਕੋਈ ਗੱਲ ਨਹੀਂ, ਤੁਸੀਂ
ਇਹਦੀ ਗੋਲ ਮਟੋਲ ਭਾਬੀ ਨੂੰ ਗੋਲ ਮੋਲ ਕਰ ਦਿਓ। ਨਹੀਂ ਇਹਨੂੰ ਅਜੇ ਨਹੀਂ ਮਾਰਨਾ। ਮੈਂ ਤੇਰੀ ਗੱਲ ਮੰਨਣ ਲਈ ਤਿਆਰ। ਜਾਂਗੀਰਿਆ ਇਹਨੂੰ ਛੱਡ ਦੇ, ਖੁਸ਼ੀਆਂ ਮਣ ਗਿਆ।
ਸਾਰੇ ਪਾਸੇ ਪੁਲਿਸ ਦਾ ਘੇਰਾ ਹੀ। ਓਏ ਮੈਂ ਆਪਣੇ ਭਾਅ ਦੇ ਖੂਨ ਦਾ ਹਿਸਾਬ ਲੈਣ ਤੋਂ ਬਗੈਰ ਗ੍ਰਿਫਤਾਰ ਨਹੀਂ ਹੋਣਾ ਇੰਸਪੈਕਟਰ। ਜਾਨਾਂ ਬਚਾ ਕੇ ਆਏ ਆ, ਤੂੰ ਵੀ ਲਾਸ਼ ਲਾਇਆ, ਅਸੀਂ ਤੈਨੂੰ ਸਰਦਾਰ ਮੰਨ ਲਾਂਗੇ। ਚੁੱਕੀਆਂ ਕਰਦਾ ਕੈਦਾਂ ਚੁੱਕੀਆਂ ਜੇ ਜਾਂ ਆਪਣੀਆਂ ਜਾਨਾਂ ਬਚਾਉਣ ਲਈ ਕੰਨਾਂ ਸਿੱਧੀਆਂ ਕੀਤੀਆਂ ਜੇ। ਸਰਦਾਰ ਦੀ ਧੀ ਦੀ ਹਿਫਾਜ਼ਤ ਕਰਨਾ ਸਾਡਾ ਫਰਜ਼ ਹੈ। ਓਏ ਜੇ ਫਰਜ਼ ਤੁਹਾਡੀ ਜਾਨ ਤੇ ਕਰਜ਼ ਹੁੰਦਾ ਤੇ ਫਿਰ ਇਸ ਮਾਸੂਮ ਨੂੰ ਮੌਤ ਦੇ ਮੂੰਹ ਚ ਭੇਜਣ ਦੀ ਬਜਾਏ ਆਪ ਮੌਤ ਨੂੰ ਘਰੇ ਲਾਉਂਦੇ ਤੇ। ਤੇਰੀ ਜੀਦਾਰੀ ਤੇ ਹੌਸਲੇ ਨੂੰ ਵੇਖ ਕੇ ਮੈਂ ਫੈਸਲਾ ਕੀਤਾ ਹੈ ਕਿ ਸਰਦਾਰ ਦੀ ਲਾਸ਼ ਨੂੰ ਮੈਂ ਲੈ ਕੇ ਆਵਾਂ।
वो लाश किथे गई है? अपना सरदार तस्लीम करने आ। साडा बाबा मर गया है ना, आज तो बाद तू उन्हें दा सरदार ही नहीं, साडा बाबा भी है। आज तो बाद मैं तुहाडा बाबा वां, तुहानू ते बाबा मिल गया, पर मेरे बच्चे शाबाश आ जा। अपने भरा के खून का साब लैन ले रूप धारना पा, तुसी मेरे बीवी वजह नहीं कि देखे बीवी से तेरी पागल हो गई थी रंगू। पागल हो? पागल से वहां बरौले होंगे ने यार, जिधर हवा चले चले गए, बच्चे बच्चे से ऐसा देखे ही नहीं यार। तुम कोई जालम मेरे इंतकाम के हथों बच नहीं सकता। Thank you.
मैं तुहानू दित्ती हुई तरबियत तो मुतमिन हो गया। बाबा तेरी मेहनत ही रंग लिया है, चिड़िया बाज बनाना तेरे ही काम है बाबा। उठ, ये जमीन हुण तेरी नहीं साडी है, तू ते साडे लिए साहब बन गई है, निकल इथों। क्यों मार रहे सन बच्चे? बच्चे थे स्कूल के होने ने, इस तो बेचारी होश ही नहीं। आओ मेरे नाल आओ। असि पगली माई नू खेत चो कढ रहे सां, सानू देख हमदर्द ने मारिया। उस हमदर्द दा ना की है? ओ इस पिंड दा नहीं, किसे होर पिंड दा। ओए फेर चल के मैनू उहदा चेहरा देखा, मैं भी ते वेखां के साडी जागीर च केड़ा चका जंपिया। ओए मैं निच मारा ते आंदरा पहुंच जा। नहीं हुए मेरे शेर पुत्रो, नहीं तू जल्दबाजी तो कम नहीं लगेगा। हाँ मैंने नसीते ना करा कर अब्बा, बुढ़ापे ने तेरा खून ही ठंडा कर दिया। नहीं पुत्र नहीं, खून ठंडा रवे तो जिसम विच रहिंदा है, गरम हो जावे ना तो जिसम विचों बाहर आ जांदा है। शेर पुत्र असी जगीरदार हाँ जगीरदार, ते हर कमी कमी दे गल पैंदे चंगे नहीं लगते। मैं इसे बुला के तादे सारे दे सामने उन्हें दे जुर्म दी सजा दियांगा। दा पता ठिकाना किसे कोलों पूछा? करीम बख्शा, जुलम दी एक कहानी ऐस जवान सुनाई ना दिया। लगदा तेनू सुख लड़दे ने, उस जगीरदार दे खिलाफ जुबान ना खोली, उन्होंने तेनू पिंडों ही नहीं बल्कि दुनिया चो कढ देना। संगा जवान तेरे कोलों कोई गल पूछी इन्हू किसी तरीके ने टाल देवी।
इस माई के कारोबार का तुम्हें कोई पता है बाबा जी? नहीं जवाना, दुनिया विच कोई भी नहीं है। इस बेचारे खेतों चो कुछ लोग धक्के मार के क्यों कट रहे सन? भाई ये खेतों विचों निकलती जो नहीं हैगी, किसी ने पानी लाना होंदा, किसी ने हल वाहना होंदा। बच्चे तो स्कूल गए थे, मैं आप ही लेके आवागी। आप ही लेके आवागी। कोई कल जरूर है। किथे जाना है? ए, ए, ए सामने दरबार ते मजावर दे कार। मैं भी उधर ही जा रहा हूं, आओ। और फिक्र ना कर, ठीक हो जाएंगी। कितों आई है? शहरों मन्नत मनन दरबार ते आई सा। मन्नत मान लई है? तेदरों दिल दी आस पूरी हो गई। की मंगिया सी? बस किसे नु मंगिया सी। ठीक है, तू मिल ते मैं चलना। मेरा मतलब है, जे मैनू किसी चीज की जरूरत पै गई मैं किनू आवाज देंगी? जिदे को ठहरी हुई है ओ तो दिन रात दरबार ते रहंदे ने। इदा मतलब है राती मैनू इत्थे रहना पवेगा? हुण की करन लई उठी सैं? तू मुंह मोड़ के सो गए ते मैनू बड़ी सख्त प्यास लगी है। अंग अंग दे विच अग जी भड़क रही है। ओ तू बैठ ते मैं तेरे लिए पानी लेके आना। बदन दी प्यास कड़ियां दे पानी नाल नहीं बुझदी। आराम नाल बैठ, नहीं तो मैं चला जाऊंगा ही। तौबा तौबा, चीची फड़ाओ ते पहुंचे ही फड़ लैंदे ने। बड़ा ही कोड़े पीने नक वाला। अल्लाह अकबर, एक चली गई। Thank you.
ਮੋਤੀ ਮਹੀਆ ਵੇ ਬੜਾ ਤੰਗ ਕਰਦਾ ਤੈਨੂੰ ਸਾਹਮਣੇ ਤੈਨੂੰ ਸਾਹਮਣੇ ਤੈਨੂੰ ਸਾਹਮਣੇ ਬਿਠਾ ਕੇ ਥੱਕੀ ਜਾਵਾਂ ਇਹੋ ਅੰਗ ਅੰਗ ਕਰਦਾ ਨੱਕ ਵਿੱਚ ਬਿੰਦੀ ਦਾ ਮੋਤੀ ਮਹੀਆ ਵੇ ਬੜਾ ਤੰਗ ਕਰਦਾ लिखते आई सा एदा मतलब है मेरे प्यार दी खिच तेनु इत्थे ले आई है तू ते मुंह कुछ बोल सुपारी नूं ठोका मारदी रहनी है कटर 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 मैं फिलहाल तेल ते तेल दी तार वेख रही हां बीबी तू कोलू लाए ने
तेल दी तार वाल ना वेख, साड़ी मजबूरियां वाल वेख, आ वेख। की वेख रही है? मैं सोच रही हूँ, शायद मेरा प्यार मेनू मिल गया है। ऐनी भी यकीनी क्यों है? ओ ऐसले के तवाइफ तक उठा एक ऐसी दुकान है जिथे दुकानदार ते खरीदार एक दूजे ते एतबार नहीं करते। तो फिर एक दूसरे नू मिलने क्यों आते ने? ओ ऐसले कोई विकन ते मजबूर है ते कोई खरीदन ते। फिर कदों आएगा? जो रब ले आया। अच्छा जिस मजलूम की मजलूमियत मेरे लिए चैलेंज बनी हुई है, लगता है सुलम के खिलाफ कोई भी जबान खोलने तैयार नहीं, ते ना ही उस बेचारी नू बोलन जोगा छड़े। दुआ कर उस सालम मैनू मिल जान। रब राखा। रब राखा। ओ सालम ते तेनू मिल ही जानगे, हम तो भी सानू मिलता रवी सालमा। मेरी लखन ची जाबर खान का खून है, पर मैनू अफसोस है कि जवान खून बुढ़े ते जोश किवे मारेगा। समुंदर कभी बुढ़े नहीं हुए, तेरे वर्गे कई छल्ला मारते दरिया समुंदर हमेशा ही गुम हो जाते नहीं। मैं तेनू अपने घोड़े नाल बन के ले जानी हो, जाबर खान दी हलाल दी औलाद होए तू, ते फिर वो तेन सुलान जरूर आएगा। मैनू ले जान ते शोक विच आ भी ना इतने रह दी बुढ़िया। मुश्किल कट दो, तेन मेरे घोड़े पंच। जगीरदार अपने किसे कमरे च नहीं मिले सरदार, पर असी ओदी सारी दौलत लुट के लाए हैं। वो कदों भी आया और नहीं मिलया, लगता है ओदी जिंदगी दे साह दे बाकी नहीं। नहीं ले जा सकता। ओए मुंडिया, मैं सिर्फ दरबार रुकना। काफर मसीत इस बैठ जाए जो मोमन नहीं बन जाता, लुटे रही रहने। भावे सालमान लुटे थे भावे मजलूमान, मैं तेरे को माल वापस लियो बगैर तेन तो वापस नहीं जान देना। ओए नीले दरिया की रवानी नहीं रोक सकते, पर पहाड़ दरियावां के बन मार देने ने। मैं ते आप बोल होया वा, जिदा तेरे जी थोड़ी कुछ नहीं बिगाड़ सकती। मैं ओ लावा वा जड़ा तेरे वर्गे लोहे नू एक मिनट काल सुटता है। बाबा जे तू हुक्म देवे ते मैं दे परख चुड़ा दिया। तेरी जवानी वेख के तेरे नाल फड्डा पाण ते जी नहीं करदा, पर तेरिया रगां जी को बड़ा ही सिद्धी फूल लगता है।
ਵਾਂਗੂ ਫੇਰ ਹਵੇਲੀ ਦੀ ਦੌਲਤ ਤੇ ਸੇਵਰ ਲੁੱਟ ਕੇ ਲੈ ਗਿਆ ਹੈ। ਅੱਪਾ ਮੈਨੂੰ ਅਫਸੋਸ ਹੈ ਕਿ ਰਾਤ ਨੂੰ ਮੈਂ ਇੱਥੇ ਨਹੀਂ ਸਾਂ ਔਰ ਮੈਂ ਨਿੱਚ ਮਾਰਾਂ ਤੇ ਅੰਦਰਾਂ ਪਾੜ ਦਿਆਂ। ਅਸਗਰ ਖਾਨ ਮੈਂ ਤੇ ਆਪ ਪਛਤਾ ਰਿਹਾ ਵਾਂ ਕਿ ਮੈਂ ਆਪੇ ਨਾਲ ਕਿਉਂ ਚਲਾ ਗਿਆ ਸਾਂ, ਕਿਉਂ ਚਲਾ ਗਿਆ ਸਾਂ। ਮੈਨੂੰ ਤੇ ਉਸ ਬੰਦੇ ਦੀ ਸਮਝ ਨਹੀਂ ਆਉਂਦੀ ਜਗੀਰਦਾਰ ਸਾਹਿਬ, ਜਿੰਨੇ ਪਾਗਲ ਮਾਈ ਤੋਂ ਚਿੜ ਕੇ ਸੈਦੋ ਰਨ ਮਾਰਿਆ ਸੀ ਤੇ ਰਾਤ ਉਹ ਡਾਕੂਆਂ ਦੇ ਸਾਹਮਣੇ ਕੰਧ ਬਣ ਕੇ ਖਲੋ ਗਿਆ। ਉਹ ਨਾ ਆਉਂਦਾ ਉਹਨਾਂ ਮੈਨੂੰ ਵੀ ਨਾਲ ਲੈ ਜਾਣਾ ਸੀ। ਚੰਗਾ ਹੋਇਆ ਪੁੱਤਰਾ ਅਸੀਂ ਉਹਦੇ ਨਾਲ ਵੱਡਾ ਨਹੀਂ ਪਾਇਆ। ਜਹਾਂਗੀਰਿਆ ਅਖਤਰ ਅਜੇ ਤੱਕ ਸ਼ਹਿਰੋਂ ਨਹੀਂ ਆਇਆ, ਮੇਰਾ ਖਿਆਲ ਹੈ ਉਹ ਥੋੜ੍ਹੀ ਦੇਰ ਤੱਕ ਪਹੁੰਚਣੀ ਵਾਲੇ ਨੇ। ਮਾਰ ਕੇ ਤਾਂ ਨਹੀਂ ਸੁੱਟ ਗਿਆ ਯਾਰ? ਜਾ ਪਤਾ ਕਰਕੇ ਆ ਕਿਧਰੇ ਮਲਬਾ ਸਾਡੇ ਤੇ ਨਾ ਪੈ ਜਾਏ। ਸ਼ਲਾਨ ਕਿੱਥੇ ਜਾ ਰਹੇ ਹੈ? ਮੈਂ ਤੇਰੇ ਕਜ਼ਨ ਅਖਤਰ ਦੇ ਪਿੰਡੀ ਜਿਹੜਾ ਇੱਥੇ ਕੋਲ ਬਹਿਣ ਦਾ ਸਵਾਦ ਤੂੰ ਮੈਨੂੰ ਪਾ ਦਿੰਦਾ, ਮੈਂ ਕੀ ਕਰਾਂਗੀ? ਜੇ ਕਿਸੇ ਤੇ ਪੈ ਗਿਆ ਫੇਰ ਫਿਰ ਉਹਦੀ ਕਿਸਮਤ। ਹਾਂ ਜੇ ਮੇਰੇ ਪੇਪਰ ਨਾ ਆਉਂਦੇ ਤੇ ਮੈਂ ਵੀ ਤੇਨਾਂ ਸਟਿੰਗ ਕਰ ਦਿੰਦੀ। ਸਾਡਾ ਵਾਸਤਾ ਕੋ ਹਟ ਜਾ, ਜੇ ਅਸਲ ਨੂੰ ਪਤਾ ਲੱਗ ਗਿਆ ਤੇ ਕੀ ਕਹੇਗਾ? ਕੀ ਕਹਾਂ ਮੈਂ ਹੈ ਜਿਹੜਾ ਉਸ ਪਿੰਡ ਦੀ ਕੁੜੀ ਦਾ ਪਿਆਰ ਕਰਦੇ ਨੇ ਉਹ। ਅੱਛਾ ਬਾਬਾ ਖੁਦਾ ਹਾਫਿਜ਼। ਖੁਦਾ ਹਾਫਿਜ਼। ਕੌਣ ਸੀ? ਕੋਈ ਨਹੀਂ ਚੱਲ। ਅੱਛਾ ਅੱਛਾ ਜੀ ਗੁੱਡ ਮਾਰਨਿੰਗ। ਸਰ ਜੀ ਵਾਲੇਕਮ ਸਲਾਮ, ਤੈਨੂੰ ਕਿਉਂ ਮਾਰ ਰਿਹਾ? ਸਰ ਜੀ ਇਹ ਜਗੀਰਦਾਰ ਸਾਹਿਬ ਦੀਆਂ ਜ਼ਮੀਨਾਂ ਤੋਂ ਲਕੜੀ ਸੁਣਾ ਰਿਹਾ ਸੀ। ਇਹਨੇ ਛੋਟੇ ਜ਼ੁਲਮ ਦੀ ਇੰਨੀ ਵੱਡੀ ਸਜ਼ਾ? ਸਰ ਜੀ ਸਜ਼ਾ ਲੱਕੜੀਆਂ ਚੁੱਕਣ ਦੀ ਨਹੀਂ, ਸਜ਼ਾ ਤੇ ਚੋਰੀ ਦੀ ਹੈ। ਮੈਂ ਵੀ ਘਰ ਲਾ ਲਿਆ ਇਹ ਸੈਂਟਰ ਨਾਲ ਸੱਟ ਤੇ ਨਹੀਂ ਲੱਗਦੀ? ਕੋਈ ਤੇ ਘਰ ਲਾ ਦਿੰਦਾ ਫੜ ਕੇ। ਅੱਛਾ ਤੂੰ ਜ਼ਰਾ ਇੱਧਰ ਆ, ਜ਼ਰਾ ਇੱਧਰ ਵੇਖਣਾ ਕਿਵੇਂ ਖਲ ਲਾਉਂਦਾ ਹੈ। ਓਏ ਅਖਤਰ ਇਹ ਹਿੰਟਰ ਨਹੀਂ, ਸਾਡਾ ਹੁਕਮ ਹੈ ਤੇ ਸਾਡਾ ਹੁਕਮ ਮੌਤ ਵਾਂਗੂ ਟਲਦਾ ਨਹੀਂ। ਓਏ ਮੈਂ ਨਿੱਚ ਮਾਰਾਂ ਤੇ ਆਂਦਰਾ ਬਾੜ ਦਿਆਂ। ਅੱਛਾ ਤੇ ਤੂੰ ਨਿੱਚ ਮਾਰ ਕੇ ਆਂਦਰਾ ਬਾੜ ਕਰ ਦੇਣਾ ਹੈ ਤੇ ਮੈਂ ਆ ਪੜਿਆ ਲਿਖਿਆ ਮੈਂ ਕੁਝ ਵੀ ਨਹੀਂ ਮਾਰਾਂਗਾ ਤੇ ਸਭ ਕੁਝ ਬਾਹਰ ਕੱਢ ਦਿਆਂਗਾ। ਅੱਜ ਤੇਰੇ ਹੁਕਮ ਦੀਆਂ ਲੀਰਾਂ ਲਾ ਦਿਆਂਗਾ। ਓਏ ਮੈਂ ਨਿੱਚ ਮਾਰਾਂ ਚਾਂਦਰਾ ਪੌੜ ਦਿਆ। ਓਏ 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 ਛੱਡ ਇਹਨੂੰ, ਓਏ ਛੱਡ ਦੇ, ਓਏ ਓਏ ਪਿੱਛੇ, ਓਏ 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 ਦਬਾਓ ਜਾ। ਓਏ ਜਨੂ ਵੱਡੇ ਭਰਾ ਤੇ ਹੱਥ ਚੁੱਕਿਆ ਸ਼ਰਮ ਨਹੀਂ ਆਈ? ਓਏ ਪਾ ਚੁੱਪ ਕਰ ਰੇ ਤੇ ਖੈਰ ਜਾ ਅੱਗੇ ਲੈ। ਮੈਂ ਚੂਤੇ ਕਰੀ ਪੁੱਤਾ ਸਰ ਤੂੰ ਕਾਰਾ ਇਸ ਹਦੀਸ ਨੂੰ ਘਰ ਜਾ ਕੇ ਸਿੱਧਾ ਕਰਨਾ ਵਾ। ਚੱਲ ਓਏ ਚੱਲ ਚੱਲ ਚੱਲ। ਖੁਦਾ ਤੁਹਾਨੂੰ ਸਲਾਮਤ ਰੱਖੇ ਸਾਹਿਬ ਜੀ। ਆਮੀਨ। ਪਰ ਆਇੰਦਾ ਤੂੰ ਵੀ ਕੋਸ਼ਿਸ਼ ਕਰ, ਚੋਰੀ ਨਾ ਕਰ, ਹੱਕ ਹਲਾਲ ਦੀ ਖਾ, ਮਿਹਨਤ ਕਰ। ਹੁਣ ਜਾ। Thank you.
घर कोई नहीं है। अम्मी ते अब्बा कितने बाहर गए हुए ने। भरा हाय मैं मर गई। अख्तर तू तू पिंड कनो आए? अजय ते शहरों आ रहा वहां साड़ी जीप ले थोड़ी दहलीज तू आके पता नहीं दुनिया के रास्ते ही भुग जाते ने। नाजो जीप नू पता है कि तेरा मेरा मेरा तेरा ऐसा क्यों होता है? अच्छा मैं चलना वहां दरवाजा बंद कर ले। अख्तर करां दे दरवाजे बंद करने नाल दिलां दे दरवाजे तो नहीं बंद हो जाते। अच्छा चलो मैं आप बंद करके आना। लानत हारन वजान आ लेते ये वेला हरन हरन बजाता है। अच्छा मैं जाना वहां कल उच्छे टिब्बे पीछे मिलांगे। तेरी वो आदत बदली तो नहीं होगी? आदत केड़ी आदत? ओही भाई केड़ी 6 बजे कह के तो 12 बजे आने वाली नहीं हूं मैं पूरे 12 बजे नहीं 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 6 बजे आवांगा। अच्छा हूं इजाजत दे दे। अम्मिया के सामने दलील कीता है जी करदा है मैं अपने आप नु कोई मार लवा ओए मैं निच मारा ते आंदरा पार दिया। ओए गोली बजे तेरे दुश्मन नु ए ते दस तनु होया की है। लाला अख्तर ने मेरे ते हाथ चुके ते ओ तो मैं भी उसी दी कीती सो। ओ किथे वे मैं ओदा हाथ ही ला दियांगा। नलायको मेरी गल गौर नाल सुनो। मेरा भतीजा अख्तर अद्धी जगीर का मालिक है तो मेरी एक ख्वाहिश है कि जगीर का हिस्सा भी किसी तरह ताड़ा हो जाए। चाचा जी मैं फैसला किया है कि मैं हूं इस हवेली च नहीं रवांगा पिंड दादन खान की हवेली चला जावांगा। मैनू माफ कर दे पा मैं तेरे नाल वादा करना कहंदा कदी किसी गरीब के हाथ नहीं चुकांगा पर ऐ तू जान लै ना ओए मैं निच मारा ते अंदरों पाड़ दियां। मैनू तेरी इस गल तो बहुत खुशी हुई है। भाईजान तुस अपने मेहमान का तारफ नहीं कराया? ये मेरा दोस्त अरसलान है असी तालीम तो कट्ठे फारिग हुए हैं। हैलो हैलो करो। अस्सलाम वालेकुम। वालेकुम अस्सलाम। तुहानू वेख के बड़ी खुशी हुई है? और तुहानू वेख के असी बड़ा ही खुश होने हैं। और वालेकुम सलाम। असी भी खुश हुए हैं। माशाल्लाह माशाल्लाह। ओए बख्शू अरसलान नू मेहमान खाने का कमरा बखा ए थोड़ी देर आराम कर लेगा ते नाले एदी हर जरूरत का ख्याल रखी। तू भी ते आना अख्तर। यार मैं जरा कपड़े चेंज करके आना वा तू फिक्र ना कर ए तेरा अपना घर है। ओ, की हाल है तेरा सुल्तान?
तू इस पिंड च? आहो तेरा भी यो पिंड? ए सारी जागीर तेरे इस भरा दी है। बड़ी गल है भाई, आ फिर बह के किधर गल करने आ। यार सुल्तान मैं बड़ा जरूरी काम जा रहा वहां, मैं इजाजत दे दे यार। ओ यार तू अजीब आदमी, असि तेरे पिंड आया तो तू साडा सीधे मुंह गल नहीं कर रहा। ओहो मैं अगे भी 5 घंटे लेट हाँ, फिर वो कहेगी कि 6 बजे कहना है ते 12 बजे आना है, मैं चलना वा। अच्छा फिर जा फिर, और चंगिया चंगिया दे रस्ते बदल दें दिया बल्लिया। नाजो राइज की होया थी, मेरे सुसर ने मेनू रोक लिया थी, मेरा मतलब है सुल्तान ने रोक लिया थी। दुनिया ते तेनू रुकावटा पैंदियां ने, कदी सुल्तान रोक लैंदा है कदी गुलाम रोक लैंदा है। अच्छा बाबा लड़ाई लड़ाई माफ कर दे। नहीं मैं ते माफ नहीं कर दी। चलो फिर असी वापस चले जाने। Thank you.
ਤਾਡਾ ਕਾਰੋਬਾਰ ਕੋਈ ਨਹੀਂ ਬੱਚੇ ਬੱਚੇ ਤੇ ਸਕੂਲ ਗਏ ਨੇ ਮੈਂ ਆਪ ਹੀ ਉਹਨਾਂ ਨੂੰ ਲੈ ਕੇ ਆਵਾਂਗੀ ਹਾਂ ਪਾਗਲ ਹੈ ਸਾਹਿਬ ਜੀ ਬਕਵਾਸ ਨਾ ਕਰ ਮਾਂ ਕਿਸੇ ਦੀ ਵੀ ਹੋਵੇ ਉਹਨੂੰ ਪਾਗਲ ਨਹੀਂ ਕਹਿਣਾ ਚਾਹੀਦਾ ਚੱਲ ਹੈਲੋ ਮਾਂ ਜੀ ਇਹ ਫਲ ਖਾ ਲਓ ਜਾਗੀਰਦਾਰ ਸਾਹਿਬ ਇਸ ਬੰਦੇ ਨੇ ਇਸ ਪਾਗਲ ਮਾਈ ਤੋਂ ਚਿੜ ਕੇ ਸਾਨੂੰ ਮਾਰਿਆ ਸੀ ਤੇ ਸਿਕੰਦਰ ਨੂੰ ਵੀ ਡਾਕੂ ਕੋਲੋਂ ਇੰਨੇ ਬਚਾਇਆ ਸੀ ਅੱਛਾ ਜਾ ਇਹਨੂੰ ਬੁਲਾ ਕੇ ਲਿਆ ਤੈਨੂੰ ਜਗੀਰਦਾਰ ਸਾਹਿਬ ਬੁਲਾ ਰਹੇ ਨੇ ਜਗੀਰਦਾਰ ਤੂੰ ਸਾਡੇ ਬੰਦਿਆਂ ਨੂੰ ਖੇਤ ਚ ਮਾਰਿਆ ਸੀ ਪਰ ਉਸ ਤੋਂ ਬਾਅਦ ਤੂੰ ਸਾਡੇ ਪੁੱਤਰ ਨੂੰ ਡਾਕੂਆਂ ਕੋਲੋਂ ਬਚਾਇਆ ਇਸ ਵਾਸਤੇ ਅਸੀਂ ਤੈਨੂੰ ਕੁਛ ਨਹੀਂ ਆਖਿਆ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਤੂੰ ਇਸ ਪਿੰਡ ਚ ਕਿਉਂ ਆਇਆ ਤੇ ਕਿਹਦੇ ਘਰ ਰਹਿਣਾ ਹੈ ਇੱਕ ਪਗਲੀ ਮਾਂ ਦੀ ਬੇਬਸੀ ਨੇ ਆਵਾਜ਼ ਦਿੱਤੀ ਤੇ ਮੈਂ ਇਸ ਪਿੰਡ ਵਿੱਚ ਆ ਗਿਆ ਹੁਣ ਮੈਂ ਇਹਦੀ ਮਜ਼ਲੂਮੀਅਤ ਦੇ ਵਿਹੜੇ ਵਿੱਚ ਹੀ ਰਹਿਣਾ ਵਾਂ ਤੇ ਇਹਦੀ ਮਮਤਾ ਦੀ ਛਾਂ ਥੱਲੇ ਸੋਣਾ ਵਾਂ ਜਿੰਨੀ ਵੀ ਛੇਤੀ ਹੋ ਸਕੇ ਇਸ ਪਿੰਡ ਚੋਂ ਚਲਾ ਜਾ ਚਲਾ ਜਾਵਾਂਗਾ ਪਰ ਇਸ ਜ਼ੁਲਮ ਦੀ ਕਹਾਣੀ ਮੁਕਾ ਕੇ ਡੈਡੀ ਇੰਨੀ ਰਾਤ ਗਈ ਆਈ ਖੈਰ ਤੇ ਖੈਰੇ ਖੈਰੇ ਮੇਰਾ ਦਿਲ ਤਾਂ ਮਿਲਣ ਨਹੀਂ ਕਰ ਰਿਹਾ ਸੀ ਤੇ ਮੈਂ ਆ ਗਈ ਫਿਕਰ ਨਾ ਕਰੋ ਮੈਂ ਚਲੀ ਜਾਵਾਂਗੀ ਇਸ ਲਈ ਕਿ ਸੁਬਾ ਮੇਰਾ ਪੇਪਰ ਏ ਹਾਂ ਕੱਲ ਤੇਰੇ ਪੇਪਰ ਨੇ ਅੱਛਾ ਬੇਟੀ ਹੁਣ ਤੂੰ ਆਰਾਮ ਕਰ ਹੈ ਰਾਤ ਬਹੁਤ ਹੋ ਗਈ ਬੀਬੀ ਜੀ ਮੈਂ ਤੇ ਲੱਗੀ ਆ ਜਾ ਕੇ ਸੌਣ ਕਿਸੇ ਸ਼ਾਇਦ ਲੋੜ ਤੇ ਨਹੀਂ ਤੇਰੀ ਲੋੜ ਏ ਜੀ ਦੱਸੋ ਅਰਸਲਾਨ ਇੱਥੇ ਹੀ ਹੈ ਨਾ ਜੀ ਉਹਨੂੰ ਆਖੀ ਸੁਬਾ ਮਨਖੂ ਵਾਲੇ ਖੇਤ ਤੇ ਮਿਲ ਲਵੇ ਮੈਂ ਸੁਬਾ ਚਲੀ ਜਾਣਾ ਜੀ ਮੈਂ ਕਹਿ ਦਿਆਂਗੀ ਹੁਣ ਤੂੰ ਜਾ ਜੀ ਅੱਛਾ Thank you.
ਅੱਖੀਆਂ ਦੇ ਨਾਲ ਗੱਲ ਕਹਿੰਦਾ ਜੁੱਤੀ ਲਾਵਾਂ ਫੇਰ ਪਾ ਲਾਵਾਂ ਤੂੰ ਇੰਨੀ ਦੇਰ ਕਿੱਥੇ ਚਲਾ ਗਿਆ ਸੀ ਉਹ ਮੈਂ ਜ਼ਰਾ ਘੁੰਮਣ ਫਿਰਨ ਗਿਆ ਸਾਂ ਯਾਰ ਮੈਨੂੰ ਤੇ ਪੁਲਿਸ ਦੇ ਮਹਿਕਮੇ ਚੋਂ ਅਪੁਆਇੰਟਮੈਂਟ ਲੇਟਰ ਆ ਗਿਆ ਮੈਂ ਤੇ ਸ਼ਹਿਰ ਜਾ ਰਿਹਾ ਵਾਂ ਤੇਰਾ ਕੀ ਪ੍ਰੋਗਰਾਮ ਹੈ ਯਾਰ ਮੈਨੂੰ ਤੇ ਪਿੰਡ ਦੀ ਆਬੋ ਹਵਾ ਬੜੀ ਚੰਗੀ ਲੱਗੀ ਤੂੰ ਚਲਾ ਜਾ ਮੈਂ ਦੋ ਚਾਰ ਦਿਨ ਬਾਅਦ ਆ ਜਾਵਾਂਗਾ ਪਿੰਡ ਦੀ ਆਬੋ ਹਵਾ ਚੰਗੀ ਲੱਗੀ ਠੀਕ ਮੈਨੂੰ ਕੋਈ ਇਤਰਾਜ਼ ਨਹੀਂ ਪਿੰਡ ਦੀ ਆਬੋ ਹਵਾ ਹੁੰਦੀ ਬੜੀ ਚੰਗੀ ਇਹਦੇ ਚ ਕੋਈ ਸ਼ੱਕ ਨਹੀਂ Thank you.
इलाका नवाबपुर की फाइल मिस्टर अख्तर हम तुम्हारे हवाले कर रहे हैं। हमें उम्मीद है कि कानून शिकन बहुत जल्द गिरफ्तार कर लिए जाएंगे। सर मैं पूरी कोशिश करूंगा। अब उस इलाके के लोगों को जालिमों से निजात मिल जाएगी। पागल औरत दे हमदर्द बदे जा रहे ने, इस तो पहले ये चिंगारी शोला बन के तेरे सारे मंसूबे खाक मिला देवे, इन्हू पुछा दे जाबिर खान। इस मजलूम नू क्यों मार दे हो? और जे तू मेहमान ना हों ते मैं तेन यह गल आखन तो पहले ही मुका गया सी। और मैं निच मारा ते अंदर आ पार दे हां। ओ पर मेरे हुंदे आ तुसी एनू नहीं मार सकते। ओए ए तेरी की लगी? मैं एनू मां आखिया ते अपनी चादर एदे सिर ते दित्ती है, ते मैं हुण उस चादर ते ताडे जुल्म दा निशान नहीं दे लगन देना। ओए ते फिर इस पागल नू मारन तो पहले एदे वफादार पुत्र नू एदी चादर विच लपेट के हमेशा लई दफन कर दियो। ओए मैं निच मारा चांदा फाड़ दिया। करीम बख्शा छेती नाल जा ते हकीम नाल लेके आ। बेहतर बाबा जी। कोई उम्मीद नहीं है, बस अल्लाह अगे दुआ करो। Thank you.
اكبر الله اكبر الله اكبر الله किन्या पर्दियां च लुकिया होया है पर अज पता लगा है कि मां दी दुआ ते खुदा दे दरमियान कोई पर्दा नहीं जवाना इस मां दियां दुआवां ने तेरी जिंदगी नू मौत कोलों खो लिया एते दस तेरा इन्हां नाल वैर की सी मैं ते सगो उन्हां दा मेहमान हां वो इस बेचारी नू मार रहे सन ते मेरे कोलों बर्दाश्त नहीं होया ते मैं उन्हां नाल लड़ पिया खून दा जोश रिश्ते दे रंग नू होर संगना कर दिंदा है लगदा है इस मां नाल तेरा कोई रिश्ता जरूर है ये पगली मां किधर गई है उन्हें किथे जाना है खेत वल गई होगी पता नहीं रब ने उदा वजूद खबरे से मिट्टी विचों बड़ा है पर ओ जालम उस बेचारी नू उथे भी नहीं टिकण दिंदे ਸਾਨੂੰ ਦੱਸਦੇ ਸਹੀ ਜ਼ਾਲਮ ਤੈਨੂੰ ਕਿਉਂ ਮਾਰਨਾ ਚਾਹੁੰਦੇ ਸਨ ਸਾਨੂੰ ਦੱਸਦੇ ਸਹੀ ਮਾਂ ਨਹੀਂ ਤੇ ਅਸੀਂ ਆਪਣੇ ਆਪ ਨੂੰ ਇੱਥੇ ਹੀ ਮੁਕਾ ਲਾਂਗੇ ਜਾਗੀਰ ਸਰ ਛਾਪਰ ਖਾਦੇ ਹੈ ਜ਼ਮੀਨ ਦੇ ਟੁਕੜੇ ਦੀ ਖਾਤਿਰ ਤੇਰੇ ਛੇੜ ਖੁਸ਼ੀਆਂ ਨੂੰ ਪਾਰ ਸੁੱਟਿਆ ਤੇਰਾ ਬੰਦਾ ਖਾਦ ਦੀ ਪੂਰੀ ਲੈਣ ਗਿਆ ਅੱਜ ਤੱਕ ਵਾਪਸ ਨਹੀਂ ਆਇਆ ਇਹਨਾਂ ਸਾਲ ਬਾਅਦ ਖੌਫ ਤੋਂ मैं अपने दोवे पुत्रा सुल्तान ते अरसलान नू किधरे फसा दिता सुल्तान ते अरसलान उस दिन ते पिछड़े आज तक नहीं मिले मां
ਨਾਂ ਸੁਲਤਾਨ ਹੈ ਤੇ ਮੇਰਾ ਨਾਂ ਅਰਸਲਾਨ ਆਹ ਮਾਂ ਅਸੀਂ ਦੋਵੇਂ ਤੇਰੇ ਵਿਛੜੇ ਹੋਏ ਪੁੱਤਰ ਹਾਂ ਲਾਲਾ ਠੀਕ ਕਹਿੰਦਾ ਮਾਂ ਅਰਸਲਾਨ ਸੁਲਤਾਨ ਮੇਰੇ ਬੱਚੇ ਯਾ ਅੱਲਾ ਮੈਂ ਕਿੰਨੀ ਖੁਸ਼ਕਿਸਮਤ ਆ ਮੇਰੇ ਬੱਚੇ ਜਿੱਥੋਂ ਵਿਛੜੇ ਸਨ ਅੱਜ ਉੱਥੇ ਦੇ ਮਿਲ ਗਏ ਨੇ ਮੈਂ ਬੜੀ ਖੁਸ਼ਨਸੀਬ ਆ ਆਪਣੇ ਬੱਚਿਆਂ ਦੀਆਂ ਭਾਵਾਂ ਵਿੱਚ ਭਰ ਰਹੀ ਆ ਮਾਂ ਮਰ ਗਈ ਹੂੰ ਲਾਲਾ ਮਾਂ ਮਰ ਗਈ ਹੂੰ ਬੋਲ ਬਾਕੀ ਕੀ ਤੇਈ ਮਾਂ ਤੈਨੂੰ ਮਿਲ ਕੇ ਵਿਛੜੇ ਦੀ ਬੜੀ ਗੱਲ ਸੀ ਜੇਸੇ ਤਰ੍ਹਾਂ ਮਿਲ ਕੇ ਤੂੰ ਸਾਡੇ ਕੋਲੋਂ ਬੇਸ਼ਲੀ ਵਿਛੜ ਜਾਣਾ ਸੀ ਤੇ ਇਸ ਮਿਲਣ ਨਾਲੋਂ ਤੂੰ ਸਾਨੂੰ ਦਾਈ ਮਿਲਦੀ ਤੇ ਚੰਗਾ ਸੀ ਮੇਰੀ ਮਾਂ ਦਾ ਖੂਨ ਵੀ ਲਿਖਿਆ ਗਿਆ ਜਗੀਰਦਾਰਾ ਜਾਗੀਰਦਾਰ ਕਿੱਥੇ ਵੇ ਜਿਹਨੇ ਮੇਰੀ ਮਾਂ ਦੀ ਕਬਰ ਉਸੇ ਖੇਤ ਵਿੱਚ ਬਣਾਈ ਸੀ ਅੱਜ ਮੈਂ ਉਹਦੀ ਹਵੇਲੀ ਨੂੰ ਕਬਰਿਸਤਾਨ ਬਣਾ ਦਿਆਂਗਾ ਸਾਡੀ ਮਾਂ ਦੀ ਮੌਤ ਨੇ ਤੁਹਾਡੀ ਜ਼ਿੰਦਗੀ ਤੇ ਮੌਤ ਦੀ ਮੋਹਰ ਲਾ ਦਿੱਤੀ ਹੈ ਜ਼ਾਲਮੋ ਓ ਤੁਹਾਡੀ ਮੌਤ ਦਾ ਫੈਸਲਾ ਹੁਣੇ ਹੋ ਜਾਏਗਾ ਜਦੋਂ ਵੀ ਪਛਾਣ ਆਉਂਦਾ ਸਭ ਤੋਂ ਪਹਿਲੇ ਕੁੱਤਿਆਂ ਦੇ ਕੰਨ ਖਲੋਂਦੇ ਨੇ ਪਰ ਮੈਨੂੰ ਤੁਹਾਡੀ ਨਹੀਂ ਆਏ ਤੁਹਾਡੇ ਮਾਲਕ ਦੀ ਲੋੜ ਏ ਓ ਉਹ ਤੇ ਇੱਥੇ ਨਹੀਂ ਪਰ ਮੈਂ ਤੁਹਾਡੀਆਂ ਲਾਸ਼ਾਂ ਨੂੰ ਉਹਨਾਂ ਕੋਲ ਜ਼ਰੂਰ ਭਜਾ ਦਿਆਂਗਾ ਓਏ ਤੁਹਾਡੀਆਂ ਮੁਰਦਾਰ ਲਾਸ਼ਾਂ ਤੇ ਅਸੀਂ ਉੱਥੇ ਭੇਜਾਂਗੇ ਜਿੱਥੇ ਉਹਨਾਂ ਨੂੰ ਕੁੱਤੇ ਵੀ ਨਹੀਂ ਖਾਣਗੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੀਆਂ ਲਾਸ਼ਾਂ ਨੂੰ ਵੀ ਕਫਨ ਨਸੀਬ ਨਹੀਂ ਹੋਵੇਗਾ ਤੇ ਹੁਣ ਕਿਸੇ ਨੇ ਉਸ ਜ਼ਮੀਨ ਤੇ ਪੈਰ ਧਰਿਆ ਤੇ ਅਸੀਂ ਉਹਨਾਂ ਦੇ ਹੱਥ ਪੈਰ ਵੱਢ ਕੇ ਪਿੰਡ ਦੇ ਚੌਕ ਚ ਟੰਗ ਦਿਆਂਗੇ ਔਰ ਪਿੰਡ ਦੇ ਹਰ ਚੌਕ ਚ ਹਰ ਜਬਰ ਦੇ ਜਬਰ ਦੀ ਕਬਰ ਬਣੇਗੀ ਹੁਣ ਇਨਸਾਫ ਦੇ ਆਰੇ ਤੇ ਜ਼ੁਲਮ ਦੇ ਹੱਥ ਹਮੇਸ਼ਾ ਲਈ ਵੱਟੇ ਜਾਣਗੇ ਜਾਗੀਰਦਾਰ ਸਾਹਿਬ ਸੁਲਤਾਨ ਤੇ ਅਰਸਲਾਨ ਨੇ ਸਾਡੇ ਪੰਜ ਸੱਤ ਬੰਦੇ ਤੇ ਨਾਲੇ ਜਾਗੀਰੇ ਨੂੰ ਵੀ ਕਤਲ ਕਰ ਦਿੱਤਾ
ਨੇ ਬੰਦੇ ਨਹੀਂ ਮਾਰੇ, ਤੁਹਾਨੂੰ ਹੀ ਚੈਲੰਜ ਕੀਤਾ ਹੈ। ਅੱਜ ਤੋਂ ਬਾਅਦ ਜਗੀਰਦਾਰ ਜਾਂ ਉਹਦੇ ਕਿਸੇ ਬੰਦੇ ਨੇ ਖੇਤਾਂ ਵੱਲ ਮੂੰਹ ਕੀਤਾ ਤੇ ਉਹਨਾਂ ਦੀਆਂ ਲਾਸ਼ਾਂ ਉਸ ਖੇਤ ਦੇ ਦਫ਼ਨ ਕਰ ਦੇਣਗੇ। ਅੱਬਾ, ਤੇਰੀ ਚੁੱਪ ਨੇ ਸਾਡੀ ਆਨ ਤੇ ਅਣਖ ਮੁਕਾ ਦਿੱਤੀ ਹੈ। ਅੱਬਾ, ਉਹਨਾਂ ਨੇ ਸਾਨੂੰ ਚੈਲੰਜ ਨਹੀਂ ਕੀਤਾ, ਸਾਡੀ ਤਾਕਤ ਦੇ ਮੂੰਹ ਤੇ ਤੁੱਕੀ ਹੈ। ਉਹ ਮੈਂ ਨਿੱਚ ਮਾਰਾ ਤੇ ਅੰਦਰਾ ਪਾਉਟ ਦਿਆ। ਨਹੀਂ ਅਸਫਰ, ਤੂਫਾਨ ਆਵੇ ਤੇ ਪਹਾੜਾਂ ਦੇ ਚਿਹਰੇ ਹੋਰ ਵੀ ਹੈਬਤਨਾਕ ਹੋ ਜਾਂਦੇ ਨੇ, ਹੋਰ ਵੀ ਹੈਬਤਨਾਕ। ਤੁਸੀਂ ਇਹ ਕਬਰ ਪੱਧਰਿਆਂ ਕਰਕੇ ਹੱਲ ਚਲਾਓ, ਮੈਂ ਵੇਖਣਾ ਕਿਹੜਾ ਸੂਰਮਾ ਰੁਕਦਾ ਹੈ। ਇੰਸਪੈਕਟਰ, ਜੇ ਤੂੰ ਇਹ ਕਬਰ ਪੱਧਰਿਆਂ ਕੀਤੀ ਤੇ ਮੈਂ ਤੇਰਾ ਸਾਰਾ ਖਾਨਦਾਨ ਪੱਧਰ ਕਰ ਦਿਆਂਗਾ। ਗ੍ਰਿਫਤਾਰ ਕਰ ਲਓ ਇਸ ਮਫਰੂਰ ਨੂੰ। ਤੁਸੀਂ ਆਪਣਾ ਕੰਮ ਕਰੋ। ਓਏ, ਜੇ ਮੇਰੀ ਮਾਂ ਦੀ ਕਬਰ ਨੂੰ ਕਿਸੇ ਨੇ ਹੱਥ ਲਾਇਆ ਤੇ ਮੈਂ ਤੁਹਾਨੂੰ ਵੀ ਕਬਰਾਂ ਹੀ ਸਵਾ ਦਿਆਂਗਾ। ਲੈ ਚਲੋ ਇਹਨੂੰ। ਚੱਲੋ ਤੋਤਿਆ, ਸੁਲਤਾਨ ਨੂੰ ਜਾ ਕੇ ਦੱਸ, ਅਸਲਾਨ ਨੂੰ ਪੁੱਛ ਪੜਗ ਲੈ ਗਈ। ਲਾਲਾ ਅਸਲਾਨ ਆ ਜਾ। ਉਹ ਦੋਵੇਂ ਫੇਰ ਆ ਗਏ ਨੇ, ਚੱਲ ਨਾ ਚਲੀਏ। ਅਰਸਲਾਨ, ਤੂੰ ਮਾਂ ਦੀ ਕਬਰ ਬਣਾ, ਮੈਂ ਜਗੀਰਦਾਰ ਨੂੰ ਲਾਸ਼ਾਂ ਦਾ ਤੋਹਫਾ ਦੇ ਕੇ ਆਉਣਾ। ਕਿਤਾਬ ਦਾ ਇੱਕ ਇੱਕ ਵਰਕਾ ਭੱਜਦਾ ਜਾਏਗਾ ਤੇ ਤੇਰੇ ਜ਼ੁਲਮ ਦੀ ਕਹਾਣੀ ਤੇਰੀ ਮੌਤ ਤੇ ਮੁੱਕ ਜਾਏਗੀ। ਬੜੇ ਰੱਬ ਦਾ ਸ਼ੁਕਰ ਹੈ ਜਿਹਨੇ ਤੇਰਾ ਸਾਡਾ ਮੇਲ ਕਰਵਾ ਦਿੱਤਾ। ਓਏ ਮਿਲਣੀ ਤੇ ਤੁਹਾਡੇ ਨਾਲ ਇਹੋ ਜਿਹੀ ਕਰਾਂਗਾ ਕਿ ਫਿਰ ਮੁੜ ਕੇ ਕਿਆਮਤ ਤੱਕ ਤੁਸੀਂ ਇੱਕ ਦੂਜੇ ਨਾਲ ਮਿਲ ਨਹੀਂ ਸਕੋਗੇ। ਓਏ ਸਾਡੇ ਪਿਓ ਦੀ ਢਿੱਲੇ ਜਿਹੜੀ ਟੱਪ ਰਹੀ ਹੈ, ਨਹੀਂ ਤੇ ਤੈਨੂੰ ਤੇਰੀ ਮਾਂ ਤੋਂ ਓਏ ਪਹਿਲੇ ਹੀ ਕਬਰ ਚ ਦਫ਼ਨ ਕਰ ਦੇਣਾ ਸੀ। ਓਏ ਮੈਂ ਨਿੱਚ ਮਾਰਾ ਤੇ ਅੰਦਰਾ ਮਾਰ ਦਿਆਂ। ਕਬਰ ਦੀ ਰਾਤ ਪਾਰ ਨਹੀਂ ਆਉਂਦੀ ਓਏ, ਅੱਜ ਦੀ ਰਾਤ ਮੈਂ ਤੈਨੂੰ ਕਬਰ ਹੀ ਜ਼ਰੂਰ ਸੁਆਵਾਂਗਾ। ਓਏ ਇਸ ਟਿੱਟੀ ਨੂੰ ਆਪਣੇ ਪੈਰਾਂ ਦੀਆਂ ਅੱਡੀਆਂ ਥੱਲੇ ਦੇ ਕੇ ਟੁਕੜੇ ਟੁਕੜੇ ਕਰ ਦਿਓ।
हथियार सुट दे, तू पुलिस भी रास्ते दे जे। नहीं अच्छा डरो, अली जालिम जगीर दार क्यों दे, एदी मौत तो बाद, मैं आप तेरे कल पहुंच जाऊंगा। होए! सुल्तान ते अरसलान ने मेरे पास सच बंदे ते तेरे भरा सिकंदर नू मार छुट्टा है। सुल्तान ते अरसलान ने? आहो, ओ दोवे विछड़े हुए भरा सन। सुल्तान ते अरसलान कातिल? गल कुछ समझ च नहीं आई। गल समझ च आ गई है कि तू सानू फाकियां दी सूली ते डंगना चाहनी है। दूसरे उस्तादां दे पिंडियां ते दूरियां तीरियां गोश्त दियां तैवां जमियां ने इकसियां कि साडियां तस्वीरां एक्सरे वाली दुकानां ते टंगियां। ले आ गई तेरा चाण वाला। सदके जावा मैं तेनू याद करी सा। पर मैं तू जो कुछ भी है मैनू कबूल। ओ मेरी गल ते मैं तेरी कोई गल नहीं सुननी। मैं तेनू एक कहण वास्ते आहो मैनू पता है तू मैनू प्यार करना है। प्यार 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 तेनू प्यार दे अलावा कोई गल ही नहीं आंदी। हां 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 मैं तेनू प्यार करनी आ। की मतलब? तू बैठ ते सही मैं तेनू दसनी आ। Thank you.
रेशमी सुल्फा खुलिया प्यासिया मेरी अबुलिया कर देवे तेरे के बांधिया जानिया गिरफ्तारी नहीं देनी थी। जिद ना कर सुल्तान, तेरी जिद तेरे को तेरी जिंदगी भी खो सकती है। मैं सजा चलो ना डरा दी अवामा दुजामा का कोई खौफ नहीं होता। जे तू मैनू टक सकना टक लै तेरा मुजरम चारे कातिल नाल प्यार करन तो तौबा कर ले। क्यों अपने नाल सानू भी फाए लवाना है? प्यार की दुनिया इच ना कोई कातिल है ते ना कोई कानून। यह सब क्या है मिस्टर अख्तर? सर मैं रिजाइन दे रहा हूं। क्यों भाई, इतनी जल्दी शौक पूरा हो गया? यस सर। वजह? जब मुजरिम पर फायर करते वक्त कानून के महाफिज का हाथ कांप जाए तो उसे रिजाइन कर ही देना चाहिए। शायद मुजरिम से डर गया है। आप उतर अख्तर बैठ। चाचा मैनू सिकंदर की मौत का बड़ा ही दुख है, पर एक गल समझ नहीं आई कि सुल्तान ने उन्हें मारिया क्यों। तू छड़े कहानी फिर तेन कभी सुनावांगा। मेरे ते तीन पुत्र अजे भी मेरे को ले। तू सुना मुजरिम फड़े गए ने कि नहीं? मैं ते पुलिस की नौकरी तो अस्तीफा दे दिता है अंकल। चंगा कीता जे भाईजान,
साढ़े जे जागीरदारा नू नौकरी चाकरी करदे दी चंगी नहीं लगती। हाँ याद आया, दसूए का जागीरदार तेरे रिश्ते वास्ते आया थी। रिश्ते वास्ते? पर मैं ते शादी कर ली थी चाचा जी। ओके थे ऐसे पिंड कर में दी नाजो न। चलो कोई गल नहीं, सानू ते तेरी खुशी नाल ही खुशी है, पर पुत्र अक्सर सानू एक दो दिन का वक्फा से दे, असी अपने नूनू बड़ी शान नाल हवेली च लै जाइए। ठीक है चाचा, जिवें तुहाडा हुकम। अच्छा मैं चलना, सलाम अलैकुम। वालेकुम सलाम। हुन नाजो नू अगवा करके मुद्दा सुल्तान दे पास। बेखैरत जागीरदारा ने लोगों दिया इज्जतां नूं भी अगवा करना शुरू कर दिता। अब तू गैरतां दी रखवाली का ठेका लिया है, जिथे भी जाने उत्थे ही आ जाने। अच्छा ही हमेशा बुराई दे नाल ही रहिंदी है, इहनूं छड्डे आए। ओए असीं इहनूं नहीं छड्डणा, भावें साह साडा साथ छड्ड देण। असीं जागीरदार साहब कोलों बेइज्जत होण दा ठेका नहीं लिया होया। जिल्लत तुहाडा मुकद्दर बन गई है। जागीरदार साहेब, सुल्तान ने नाजो नू अगवा कर लेता है। असी उन्हें अपने मालिक की इज्जत समझ के रोकने की कोशिश की थी, ते उन्हें सनू मारे। नहीं, ये गलत है, सुल्तान ऐसी हरकत नहीं कर सकता। कर सकता है पुत्र अफसर, वो ऐसी हरकत कर सकता है। नाजू ते सुल्तान दा किस्सा ते हुण पूरे पिंड च मशहूर है। तैनू इस वास्ते नहीं दस्या कि तू उहनू साडी इज्जत बनाई दित्ता है, ते फिर अपने पेट तो आप ही कपड़ा चुकन दा फायदा। तैनू ते इत्थों तक पता लगा है कि नाजू हुण सुल्तान दे बच्चे दी मां बनण वाली है। जे सच्चे चाचा, मैं उन्हां दोवां नूं कतल कर देंगा। ते फिर एक कतल मैं करूंगा, और मैं निच मारा ते अंदरा मार दिया। ओ सालिम ने साडे कोलों भाभी कहण दे जाई खोले ने। नहीं अकबर, तुसी सिर्फ ये दुआ करो
कि वो मैनू कितने बेच जाए। उन्होंने अपना क्या मुश्किल है, जो दे खेती जाके हल चला वो जिथे भी हो पहुंच जाएगा। सब भी मर जाएगा, लाठी भी नहीं बचेगी। ट्रैक्टर नहीं रोक दे। हले ते ट्रैक्टर, मैं सुल्तान की लाश से चलाना है। दोस्ती दे खेत विच दुश्मनी का बीज ना सू सकता, नफरत उग पवेगी। नफरत दी इब्तिदा तेरे भरा सुल्तान ने मेरी बीवी नू अगवा करके की थी। हूं नफरत की इंतहा मैं करांगा। तेनू किसी ने गलत दसे? दुनिया है वे गल नहीं करती। हूं मैं इस खेत च हल जरूर चलावांगा, जो गैरतमंद होया ते इथे जरूर आएगा। इस खेत की जिम्मेदारी मेरी है, जे तू इथे हल चलाया ते मैं तेरी खल ला के हल नाल टंग देंगा। जे गल है ते फिर यारी इज्जत नालो बहुती प्यारी नहीं होती। मैंनू तेरे कोलो यही उम्मीद सी, ऐसे कि तू भी एक जागीरदार दा खून ही है ना। पर जो तू कीता है मैंनू तेरे कोलो भी ये उम्मीद नहीं सी। पुलिस आ गई लाला। अख्तर मैं हूं जा रहा हूं, मगर मेरी एक गल याद रखी, जे मुड़ के तू इस खेत की हल चलाया मैं माफ नहीं करांगा। मैनू हल दी नहीं तेरी लाश दी जरूरत है सुल्तान। मुजरम नस गए ने। मुजरम केड़े मुजरम? ओ मुजरम नहीं सन, उसे भी राजी सन, पांड सन, मेरे को खैरात मंगने वास्ते आए सन। मैं किया माफ करो बाबा, चले गए, तुसी भी जाओ। जे तुहानू दस दिता ते फेर सुल्तान नू अपने हाथी किवें मारांगा। कोठे ते बांदर भी मजा सुना आनगे। दीदी ऐसी कोठा चिड़ियाघर च पाले। बकवास ना करो वे। ओए मरासियो, मैं सुल्तान दा कस दा ते जमूरत दीदी किथे ने? ओए पहले ते कबूतर कस होंदे सन, हुण बांदर दे हाथ ए कम आ गए। उस्ताद जी ओहो तुसी ते एदे पेशे बह गए। जमूर बीबी साड़ी तो पेश नहीं जाती, यहोजे सेवा बंदा बगैर तला तो मार देना। इन्हों व्याह शादी ने भेजा करो, उत्थे लोग फालतू छोरा रोड़ देंगे ने, यह पीते रहेंगे तो किसी के गल च नहीं पैणगे। क्यों यहूदिया के बेवा खुसरे। ओए ट्रैफिक की साइकिल की कह रही है? ओए तू ओहो बस उस्ताद जी बस, हुण तुसीं इत्थों जाओ। अच्छा दस किस तरह आए? मेरे यार सुल्तान ने तन अच्छा जमूरत
जा रही है तो एक गल याद रखी, प्यार दिया रावां च चावां दे फुल ही नहीं खिड़दे, हावां दे कंडे भी उगदे ने। एक कोठी साडी जिंदगी ने, छल दरिया विच उछल के किनारे ते जा डिगे ते मुक जांदी है। अजे भी वेला है, बाज आ जा, नहीं ते पछतावेंगे। हाँ नाल जी, ओ इश्क इश्क ही नहीं जिदे च अकल दखल देवे। लगता है मच्छी पत्थर चट के ही मुड़ेगी। एक गल ते दस, ए बच्चा किसी शक्ल दा होवेगा? मैनू की पता, ऐ ते अल्लाह दी देन है। ओ मैनू शेर वर्गा पुत्र चाहिदा, शेर वर्गा। Thank you.
ਜ਼ਮੂਰਤ ਆਵਾਜ਼ਾਂ ਦੇ ਦੇ ਕੇ ਪਾਗਲ ਹੋ ਗਿਆ ਮਾਂ ਤੂੰ ਬੋਲਦੀ ਹੀ ਨਹੀਂ ਤੇਰੇ ਨਾਲ ਹੋਰ ਬੋਲਣ ਵਾਲੀਆਂ ਜੋ ਬਥੇਰੀਆਂ ਨੇ ਸੁਮੁਰਤ ਅਜੇ ਕਿਹੋ ਜਿਹੀਆਂ ਪਾਗਲਾਂ ਵਾਲੀਆਂ ਗੱਲਾਂ ਕਰ ਰਹੀ ਹੈ ਹਾਂ ਹਾਂ ਮੈਂ ਪਾਗਲ ਹਾਂ ਇਸ ਵਾਸਤੇ ਕਿ ਮੈਂ ਸੁਹਾਗ ਦਾ ਸੂਹਾ ਚੋਲਾ ਪਾ ਕੇ ਸ਼ਰਾਫਤ ਦੀ ਦੁਨੀਆ 'ਚ ਜ਼ਿੰਦਗੀ ਗੁਜ਼ਾਰਨ ਦਾ ਸੋਚਿਆ ਪਰ ਇਹਦੇ 'ਚ ਕਿਸੇ ਹੋਰ ਦਾ ਕੋਈ ਕਸੂਰ ਨਹੀਂ ਹੈ ਗਲਤੀ ਮੇਰੀ ਆਪਣੀ ਹੈ ਉਹ ਇਸ ਲਈ ਕਿ ਮੈਂ ਇੱਕ ਮਰਦੀ ਜ਼ਾਤ 'ਤੇ ਇਤਬਾਰ ਕੀਤਾ ਮਰਦੀ ਜ਼ਾਤ 'ਤੇ ਹੁੰਦੀ ਬੇਵਫਾ ਜੇ ਮਰਦ 'ਚ ਵਫਾ ਹੁੰਦੀ ਤੇ ਸੱਸੀ ਥੱਲੇ 'ਚ ਨਾ ਮਰਦੀ ਸੋਹਣੀ ਛੱਲਾਂ 'ਚ ਨਾ ਡੁੱਬਦੀ ਹੀਰ ਜ਼ਹਿਰ ਨਾ ਖਾਂਦੀ ਤੇ ਅਨਾਰਕਲੀ ਜ਼ਿੰਦਾ ਦਫ਼ਨ ਨਾ ਕੀਤੀ ਜਾਂਦੀ ਤੂੰ ਸੁਣਾ ਜਿਹਦੇ ਕੋਲੋਂ ਪੁੱਤਰ ਮੰਗ ਰਿਹਾ ਸੀ ਉਹਦੇ ਕੋਲੋਂ ਦਿਲ ਭਰ ਗਏ ਜ਼ਮੂਰਤ ਤੈਨੂੰ ਗਲਤ ਫਹਿਮੀ ਹੋਈ ਹੈ ਉਹ ਮੇਰੇ ਯਾਰ ਦੀ ਇੱਜ਼ਤ ਹੈ ਤੇ ਯਾਰ ਦੀ ਇੱਜ਼ਤ ਦੀ ਹਿਫਾਜ਼ਤ ਕਰਨਾ ਯਾਰ ਦਾ ਫਰਜ਼ ਹੁੰਦਾ ਇਸ ਦੁਨੀਆ ਤੇ ਸਭ ਤੋਂ ਜ਼ਿਆਦਾ ਚੋਰੀਆਂ ਚੌਕੀਦਾਰ ਹੀ ਕਰਦੇ ਨੇ ਮੈਂ ਇੰਨਾ ਗੁਨਾਹਗਾਰ ਰੱਖਣ ਨਾਲ ਰਿਸ਼ਤਿਆਂ ਤੇ ਡਾਕੇ ਪੈਂਦੇ ਵੇਖੇ ਨੇ ਤੇਵਰ ਭਾਬੀਆਂ ਨਾਲ ਮਿਲ ਕੇ ਭਰਾਵਾਂ ਨੂੰ ਕਤਲ ਕਰ ਦਿੰਦੇ ਨੇ ਬੀਵੀਆਂ ਰਾਤ ਨੂੰ ਸ਼ਹਿਰ ਦੇ ਕਮਰੇ 'ਚ ਸੌਂਦੀਆਂ ਨੇ ਤੇ ਸਵੇਰੇ ਨੌਕਰਾਂ ਦੇ ਕੁਆਟਰੇ 'ਚੋਂ ਉੱਠਦੀਆਂ ਨੇ ਪਿਓ ਪੁੱਤਰਾਂ ਨੂੰ ਵਿਆਹ ਕੇ ਲਿਆਉਂਦੇ ਨੇ ਤੇ ਨੂੰਹਾਂ ਆਪ ਸਾਂਭ ਲੈਂਦੇ ਨੇ ਜੇ ਯਾਰ ਨੇ ਯਾਰ ਦੀ ਅਮਾਨਤ 'ਚ ਖਿਆਨਤ ਕਰ ਹੀ ਲਈਏ ਤੇ ਫਿਰ ਕੀ ਹੋਇਆ ਸੁਮਰਤ ਤੂੰ ਹੱਦ ਤੋਂ ਜ਼ਿਆਦਾ ਵਧੀ ਜਾ ਰਹੀ ਹੈ ਜੇ ਨਿਕਲ ਮੈਨੂੰ ਕੋਈ ਹੋਰ ਕਹਿੰਦਾ ਤੇ ਮੈਂ ਉਹਦੀ ਜ਼ਬਾਨ ਵੱਟ ਕੇ ਤਲੀ ਤੇ ਰੱਖ ਦੇਣੀ ਸੀ ਸੱਚ ਬੋਲਣ ਵਾਲੀ ਜ਼ਬਾਨ ਵੱਟ ਹੀ ਦੇਣੀ ਚਾਹੀਦੀ ਹੈ ਬਹਿਸ ਨਾ ਕਰ ਸੁਮਰਤ ਬਹਿਸ ਨਾ ਕਰ ਤੇ ਔਰਤ ਬਣ ਕੇ ਸੋਚ ਇੰਤਕਾਮ ਬਣ ਕੇ ਨਹੀਂ ਉਹ ਵਿਚਾਰੀ ਤੇ ਇਸ ਵੇਲੇ ਬੱਚਾ ਪੈਦਾ ਕਰਨ ਦੀ ਅਜ਼ੀਅਤ 'ਚ ਫਸੀ ਹੋਈ ਹੈ ਪਰ ਜਿਹੜੀ ਅਜ਼ੀਅਤ 'ਚੋਂ ਮੈਂ ਗੁਜ਼ਰ ਰਹੀ ਹਾਂ ਉਹਦੀ ਤਰਾਫੀ ਕੌਣ ਕਰੇਗਾ ਤੂੰ ਮੇਰੇ ਨਾਲ ਚੱਲ ਸੁਮਰਤ ਜੇ ਮੈਂ ਸੱਚਾ ਹੋਇਆ ਤੇ ਤੂੰ ਉਸ ਵਿਚਾਰੀ ਦੀ ਮਦਦ ਕਰ ਦੇਈਂ ਜੇ ਤੂੰ ਸੱਚੀ ਹੋਈ ਤੇ ਮੈਨੂੰ ਛੱਡ ਕੇ ਟੋਰਾਂ ਤੈਨੂੰ ਤੇ ਮੈਂ ਉਦੋਂ ਹੀ ਹਮੇਸ਼ਾ ਲਈ ਛੱਡ ਕੇ ਆ ਗਈ ਸਾਂ ਜਦੋਂ ਤੂੰ ਉਹਦੇ ਨਾਲ ਝੋਲ ਮੋਲ ਕਰ ਰਿਹਾ ਸੀ ਪਰ ਝੂਠ ਦੇ ਸੱਚ ਦਾ ਨਿਤਾਰਾ ਕਰਨ ਲਈ ਮੈਂ ਤੇਰੇ ਨਾਲ ਜ਼ਰੂਰ ਜਾਵਾਂਗੀ ਤੇ ਫਿਰ ਆ ਚੱਲ ਮੇਰੇ ਨਾਲ ਤੂੰ ਵੰਡ ਲੈ ਬਗਾਨੇ ਤੂੰ ਆ ਮੰਗ ਸਾਡੀ ਬੀਬੀ ਸੱਚੀ ਨਿਕਲ ਆਵੇ ਜੇ ਉਹ ਸੱਚਾ ਨਿਕਲ ਆਇਆ ਤੇਰੇ ਬਗਾਨੇ ਦੀ ਬਜਰੀ ਬਣ ਜਾਏਗੀ ਜਨ ਸੁਲਤਾਨ ਕਿੱਥੇ ਚਲੇ ਗਏ ਉਹ ਮੇਰੀ ਤੇ ਜਾਨ ਤੇ ਨਿਕਲਦੀ ਹੈ ਮੁਬਾਰਕ ਹੋਵੇ ਅੱਲਾ ਨੇ ਕਰਮ ਕਰ ਦਿੱਤਾ ਹੈ ਅੱਲਾ ਨੇ ਤੈਨੂੰ ਚੰਨ ਵਰਗਾ ਪੁੱਤਰ ਦਿੱਤਾ ਹੈ ਸੁਲਤਾਨ ਤੈਨੂੰ ਬਹੁਤ ਬਹੁਤ ਮੁਬਾਰਕ ਹੋਵੇ ਅੱਲਾ ਨੇ ਬੇਟਾ ਦਿੱਤਾ ਹੈ ਅੱਲਾ ਤੇਰਾ ਲੱਖ ਲੱਖ ਦਫਾ ਸ਼ੁਕਰੇ ਯਾ ਅੱਲਾ ਹੁਣ ਡੀਐਸਪੀ ਅਫਸਰ ਕਿਧਰੇ ਮਿਲ ਜਾਵੇ ਤੇ ਮੈਂ ਉਹਨੂੰ ਉਹਦੇ ਪੁੱਤਰ ਦੀ ਖੁਸ਼ਖਬਰੀ ਸੁਣਾਵਾਂ ਪਰ ਜੇ ਤੇ ਕਾਨੂੰਨ ਆਪਸ ਵਿੱਚ ਮਿਲਣਗੇ ਕਿਵੇਂ ਸੁਲਤਾਨ ਇਹ ਡੀਐਸਪੀ ਅਖਤਰ ਉਹੀ ਹੈ ਜਿਹੜਾ ਤੈਨੂੰ ਕੋਠੇ ਤੇ ਗ੍ਰਿਫਤਾਰ ਕਰਨ ਆਇਆ ਸੀ ਹਾਂ ਉਹੀ ਹੈ ਪਰ ਉਹਨੇ ਤੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਹੈ ਫਿਰ ਕਿਧਰੇ ਨਾ ਕਿਧਰੇ ਮਿਲ ਹੀ ਜਾਵੇਗਾ ਅੱਛਾ ਹੁਣ ਤੂੰ ਛੇਤੀ ਨਾਲ ਜਾ ਸੌਂਫ ਬਾਦਾਮ ਦੁੱਧ ਵਗੈਰਾ ਲੈ ਕੇ ਫਟਾਫਟਾ
हवे तेरा प्यो कदों आवेगा? पहला तो घर नहीं आया, उन्हें सुनिया कलिया सी बड़ा औखा जना है पिंडा, हत्ते पूर पिंड च रहना। वो तो तू बड़ी दूर है। ते फिर की होया जा मेरा पुत्र पता कर अपने भरा दा, जे हो सके तेनू नाल लैके आवी। छमा जी हुने गया ते कपड़े बदल के हुने आया। तू मैनु किधरे मिल जाए मैं तेरे को इंतजाम लवांगा कि तेरिया नस्ल भी याद रखन गया। रुक जा सुलता है। उस दिन जब पुलिस ने तेनू मेरे हाथों बचा लिया थी, पर आज तेनू मेरे हाथों कोई नहीं बचा सकता। कर अख्तर एवें अपनी बीवी नु बेवा ते बच्चे नु यतीम कर बैठेगा? नहीं है, एहो जिहियां बीवियां नु बेवा हो ही जाना चाहिदा है, जिहड़ियां शान दी इज्जत नु गलियां दे कखों वांगर रोड़ दे। बीवियां ते शौहर दा लिबास हुंदियां ने, पर इह किहो जिहा लिबास है जिहने शौहर दे वजूद नु नंगिया कर दिता है। पर तू दस है तू यार दी यारी नु मकानी क्यों बना देता है? शराफत दी इस चिट्टी चादर से जिल्लत दी स्याही किवें धुल गई? तू मैनू ओदे कोल लैके जाएगा, इस लई कि अज मैं तैनू ते उस दलील औरत नू तेरे नजायज बच्चे समेत मुका देंगा। अख्तर बचना कीता या जागीरदार दे बंदे इनू चुक के लैके जा रहे सन। मैं तो सगो इनू उन्हां कोलों बचाया है ते अपनी जान तो वध के अजीज रखिया। भाईजान सुल्तान ठीक आखदे ने अख्तर, जे मैनू उन्हां कोलों ना बचांदे ते अज ना मैं हुंदी ना तेरा पुत्तर। मैनू दस दुनिया च निकला एको सिला। इनू कुछ ना कहो मेरी भैणे, ते अमीर लोग होंदे खुद गर्ज ने, इन्हां दे दिलां च प्यार नहीं सिर्फ दौलत दा लालच होंदा है। सुल्तान मैं अपनी गलती ते शर्मिंदा हां यार, मैं एक जागीरदार हां, हमेशा लोगों नूं कुछ ना कुछ दिता है, कदी किसे कोलों कुछ मंगिया नहीं, पर आज आज तेरे कोलों माफी मंगागा। यार सुल्तान मैनू ए ती दस, ए माफी किवें मंगी जांदी है? तैनू अपनी गलती दा एहसास हो गया है, बस इसे नू माफी कहंदे ने। ते फिर मैं पूछ सकना वा कि मेरे इस मौसम नाल जागीरदार ने की जुल्म कीता है? ते जुल्म दी बड़ी लंबी कहानी अख्तर। ओ सालिम जागीरदार ने छोटे जे टुकड़े की खातर मेरा सारा खानदान टुकड़े टुकड़े कर देता है। पर छड़ यार, तू अपनी बीवी से बच्चे नू लेके इतों चला जा। नहीं सुल्तान नहीं, मैं अपनी बीवी से बच्चे नू सीने नाल पा बिछलावांगा। पहले उस सालिम जागीरदार कोलो अपनी जागीर वापस लवांगा। जागीर हाँ
जी बीबी जी। अरसलान किथे वे? वो इत्थे ही है बीबी जी। आहा, मेरी शहजादी आ गई। डैडी। बेटा जी। जी। पेपर खत्म हो गए ने? जी। ठीक हुए ना? ओ, ऐसे डैडी? इंशाल्लाह फर्स्ट विजन आएगी। ओ बख्शू। जी जगीरदार साहब। तेनू समी नाल गल करन दी जरूरत की होई है? मैं ते कोई गल नहीं कीती जगीरदार साहब, ओह कोई पुछ रहा सन। ओ की पुछे जी तेनू? ओ सलाम दे बारे पुछ रहा सन। हर सलाम।
ਜਾਨ ਚਾਹ ਪੀ ਲੋ ਇੱਥੇ ਰੱਖ ਦੇ ਕਿੱਥੇ ਸੈ ਤੂੰ ਘਰ ਕੁਝ ਪਰੋਣੇ ਆ ਗਏ ਸਨ ਅੱਛਾ ਗੱਲ ਸੁਣ ਅਰਸਲਾਨ ਕਿੱਥੇ ਵੇ ਨਜ਼ਰ ਹੀ ਨਹੀਂ ਆ ਰਿਹਾ ਬੀਬੀ ਜੀ ਉਹਦੇ ਬਾਰੇ ਚ ਗੱਲ ਨਾ ਕਰਿਆ ਕਰੋ ਛੋਟੇ ਜਗੀਰਦਾਰ ਸਾਹਿਬ ਆਪਣੇ ਕੁਝ ਬੰਦੇ ਲੈ ਕੇ ਸਾਡੇ ਪਿੰਡ ਇੱਕ ਪਾਗਲ ਮਾਈ ਨੂੰ ਮਾਰਨਗੇ ਅਰਸਲਾਨ ਤੇ ਸੁਲਤਾਨ ਨੇ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੱਟਾਂ ਵੱਜਣ ਦੇ ਨਾਲ ਮਾਈ ਦੀ ਯਾਦਾਸ਼ ਵਾਪਸ ਆ ਗਈ ਤੇ ਫਿਰ ਉਹਨੇ ਦੱਸਿਆ ਅਰਸਲਾਨ ਤੇ ਸੁਲਤਾਨ ਉਹਦੇ ਵਿਛੜੇ ਹੋਏ ਪੁੱਤਰ ਨੇ ਦੱਸਣ ਤੋਂ ਬਾਅਦ ਉਹ ਵਿਚਾਰੀ ਮਰ ਗਈ ਉਹ ਦਿਨ ਤੋਂ ਅਰਸਲਾਨ ਤੇ ਸੁਲਤਾਨ ਜਗੀਰਦਾਰ ਸਾਹਿਬ ਦੀ ਜਾਨ ਦੇ ਵੈਰੀ ਹੋ ਗਏ ਨੇ ਤੇ ਜਗੀਰਦਾਰ ਸਾਹਿਬ ਉਹਨਾਂ ਦੀ ਜਾਨ ਦੇ ਦੁਸ਼ਮਨ ਨਹੀਂ ਹੁਣ ਕੀ ਹੋਏਗਾ ਮੈਨੂੰ ਕਿੱਥੇ ਲੈ ਆਇਓ ਇਹ ਕੌਣ ਹੈ ਜਾਗੀਰਦਾਰ ਸਾਹਿਬ ਇਹ ਸੁਲਤਾਨ ਦਾ ਭਰਾ ਹੈ ਤੇ ਨਾਲ ਦੇ ਪਿੰਡੋਂ ਨੂੰ ਮਿਲਣ ਆਇਆ ਹੈ ਵਿਛੜੇ ਤੇ ਰੱਬ ਜ਼ਰੂਰ ਮਿਲਾਏਗਾ ਪਰ ਹਮੇਸ਼ਾ ਵਾਸਤੇ ਸਾਨੂੰ ਇਹ ਸਾਡਾ ਮਹਿਮਾਨ ਹੈ ਤੈਨੂੰ ਖਾਸ ਮਹਿਮਾਨ ਖਾਨੇ 'ਚ ਲਿਜਾ ਕੇ ਇਹਦੀ ਖਾਤਿਰ ਤਵਾਜ਼ੇ ਤੇ ਕਰੋ ਮੈਂ ਤੇਰਾ ਚਾਚਾ ਵਾਂ ਤੂੰ ਇੱਕ ਫਰੇਬੀ ਪੱਕਾ ਤੇ ਤਗਾ ਪਾ ਸਕਦੇ ਮੈਂ ਤੈਨੂੰ ਸਮਝਣ ਵਿੱਚ ਗਲਤੀ ਕੀਤੀ ਮੈਨੂੰ ਨਹੀਂ ਸੀ ਪਤਾ ਕਿ 100 ਚਾਚੇ ਵੀ ਮਿਲ ਜਾਣ ਤੇ ਇੱਕ ਦਿਨ ਨਹੀਂ ਭਰਦਾ ਹੋਰ ਸਵਾਲ ਨੂੰ ਲਗਾਮ ਦੇ ਮੈਂ ਨਿੱਚ ਮਾਰਾ ਤੇ ਅੰਦਰ ਆ ਪਾਉਂਦੇ ਹੋ ਨਹੀਂ ਪੁੱਤਰ ਅਖਤਰ ਤੈਨੂੰ ਮੇਰੇ ਬਾਰੇ 'ਚ ਗਲਤ ਫਹਿਮੀ ਹੋਈ ਹੈ ਸੱਚ ਤੇ ਨੱਚ ਨੇ ਤੇਰੇ ਝੂਠ ਦਾ ਨਕਾਬ ਸਾੜ ਦਿੱਤਾ ਹੈ ਤੇਰਾ ਅਸਲੀ ਚਿਹਰਾ ਸਾਹਮਣੇ ਆ ਗਿਆ ਹੈ ਤੂੰ ਨਾ ਤੂੰ ਅਗਵਾ ਕਰਾ ਕੇ ਨਾ ਸੁਲਤਾਨ ਦਾ ਲਾ ਦਿੱਤਾ ਤੂੰ ਜ਼ਮੀਨ ਦੇ ਇੱਕ ਟੁਕੜੇ ਦੀ ਖਾਤਰ ਇੱਕ ਸ਼ਰੀਫ ਖਾਨਦਾਨ ਦੇ ਟੁਕੜੇ ਟੁਕੜੇ ਕਰ ਦਿੱਤੇ ਨੇ ਹੁਣ ਮੈਂ ਆਪਣੀ ਸਾਰੀ ਜਾਗੀਰ ਉਹਨਾਂ ਦੇ ਨਾਲ ਲਾ ਦਿਆਂਗਾ ਮੈਨੂੰ ਜ਼ਮੀਨ ਦੇ ਕਾਗਜ਼ਾਤ ਚਾਹੀਦੇ ਨੇ ਜੇ ਤੂੰ ਵੀ ਦੁਸ਼ਮਣ ਹੋ ਹੀ ਗਿਆ ਹੈ ਤੇ ਫਿਰ ਸਮਝ ਲੈ ਇਹ ਜਾਗੀਰ ਤੇਰੀ ਤਕਦੀਰ ਚ ਨਹੀਂ ਇਹ ਜਾਗੀਰ ਮੇਰੀ ਤਕਦੀਰ ਹੈ ਤੇ ਤਕਦੀਰ ਦੀ ਇਹ ਤਹਿਰੀਰ ਤੂੰ ਬਦਲ ਨਹੀਂ ਸਕਦਾ ਪਰ ਮੈਂ ਤੇਰੀ ਜ਼ਿੰਦਗੀ ਨੂੰ ਬਦਲ ਦਿਆਂਗਾ ਤੂੰ ਜਿੰਦਾ ਰਹੇਗਾ ਤੇ ਤਾਈ ਜਾਦਾ ਰਹੇਗਾ ਨਾ ਉਹ ਮੈਂ ਨਿੱਚ ਮਾਰਾ ਤੇ ਅੰਦਰਾ ਮਾਰ ਦਿਆ ਚੁੱਪ ਜਾਓ ਡੈਡੀ ਅਕਤਰ ਭਾਈਜਾਨ ਜਾਗੀਰ ਦੇ ਫਾਰਸ ਨੇ ਉਹ ਜਿਹਨੂੰ ਚਾਰ ਹਿੱਸਾ ਦੇਣ ਤੁਸੀਂ ਕਿਉਂ ਇਤਰਾਜ਼ ਕਰਦੇ ਹੋ ਮਾਸ਼ਾਅੱਲਾ ਮਾਸ਼ਾਅੱਲਾ ਮੈਨੂੰ ਨਹੀਂ ਸੀ ਪਤਾ ਕਿ ਮੇਰੇ ਘਰ 'ਚ ਦੁਸ਼ਮਣਾਂ ਦੀ ਵਕੀਲ ਵੀ ਰਹਿੰਦੀ ਹੈ ਸੱਚ ਦੀ ਹਮਾਇਤ ਕਰਨਾ ਨੇਕੀ ਹੈ ਡੈਡੀ ਤੇ ਮੈਂ ਇਹ ਨੇਕੀ ਜ਼ਰੂਰ ਕਰਾਂਗੀ ਮੈਨੂੰ ਮੋੜ ਲੈ ਪਾ ਫੇਰ ਨਾ ਕਮੀ ਮੇਰੀ ਕੱਲੀ ਕੱਲੀ ਧੀ ਨੂੰ ਮੋੜ ਸੁੱਟਿਆ ਇਹਨੂੰ ਕਹਿ ਟਲ ਜਾ ਇਹ ਕਮੀ ਟਲ ਜਾ ਵਿੱਚੋਂ ਵਿੱਚ ਤੇ ਕੁੱਤੀ ਚੋਰ ਨਾਲ ਰਲੀ ਹੋਈ ਹੈ ਓਏ ਮੇਰੀ ਅੱਖਾਂ 'ਚ ਖੂਨ ਉਤਰ ਆਈ ਇਹਨੂੰ ਆਖ ਅੱਪਾ ਤੂੰ ਦਫਾ ਹੋ ਜਾਏ ਮੈਂ ਨਹੀਂ ਜਾਣਾ ਅਖਤਰ ਭਾਈਜਾਨ ਤੋਂ ਪਹਿਲੇ ਮੈਂ ਮਰਾਂਗੀ ਤੂੰ ਚਲੀ ਜਾ ਸੰਮੀ ਤੂੰ ਚਲੀ ਜਾ ਕੁੱਤੇ ਦੇ ਮੂੰਹ ਛੱਡੀ ਆ ਜਾਏ
ते वो रिश्तियां दी पहचान भूल जाता है। ओए बैठ जा जियो, इस भगवान नू धीरे जी चुके पंजाब ला दो। डैडी इस सुसाख नू कमरे बजा के बंद कर दो, ते उना दुश्मना नू खेत की मिट्टी मिट्टी कर दो। आज जाओ में साहब है बड़ा बोलर लग पई है। ओ जरमल अक्सर भाईजान छोड़ दो। बहुता तरसेंगा तो ही ठंडा कर देंगे। ओ मैं लिच मारा ते अंदर आ पार दिया। ओए मैं तो नाम निशान मिटा देंगा। ले चलो इनू। जागीरदार साहब ऐसा की करना है ऐसे प्राजे नाली एक मरजाने नु भी मुकार ले। खुदा का शुक्र अदा करो है कि मेरा प्राज सुल्तान इतने नहीं, नहीं तो मुंह खोलों तो पहले उन्हें साड़ियों जबाना मर जानी। उठ है दिल से कर दे तेनु इतने वोट दिया पर तेरे प्राजे सामने तेनु तड़फा तड़फा के मारन तक बड़ा स्वाद आएगा, बड़ा ही स्वाद आएगा। ला जाए नू चला के इनू पदरिया कर दो। ओए पुत्र जिंदे होन ते मावां दे निशान कोई तूफान भी नहीं मिटा सकता।
ਬੋਲ ਦਿਓ। ਜਾਵੇ ਜਵਾਨਾ ਆਪਣੇ ਭਰਾ ਸੁਲਤਾਨ ਨੂੰ ਮਿਲ ਲੈ। ਤੂੰ ਭਾਈ ਜਾਨ ਅੰਮੀ ਜਾਨ ਨੇ ਤੁਹਾਨੂੰ ਲੈਣ ਵਾਸਤੇ ਅਖੀਰ ਆਉਣ ਲੱਗੀ ਜੈ ਹਰਕਤ ਕੀਤੀ ਤੇ ਮੈਂ ਇਸ ਬੱਚੇ ਨੂੰ ਮੁਕਾ ਦਿਆਂਗਾ ਮੁਕਾ। ਮਿਲਾਵਟ ਕਰਨਾ ਕੋਈ ਚੰਗੀ ਗੱਲ ਨਹੀਂ। ਇਹ ਬੱਚਾ ਇੱਕ ਕਮੀ ਦੀ ਸੀ ਤੇ ਜਗੀਰਦਾਰ ਦੇ ਪੁੱਤਰ ਦੀ ਮਿਲਾਵਟ ਦਾ ਨਤੀਜਾ ਹੈ। ਇਸ ਲਈ ਅੱਜ ਮੈਂ ਇਹਨੂੰ ਨੇਜ਼ਿਆਂ ਦੇ ਵੇਲਣੇ ਚ ਪਾ ਕੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵਕਤ ਕਰ ਜਾਂਗਾ। ਜਾਗੀਰਦਾਰਾ ਦੇਖ ਕੇ ਇਸ ਸਲਮਾ ਤਕਦੀਰ ਨੇ ਤੇਰੀ ਹਰ ਤਕਦੀਰ ਨਾਕਾਮ ਬਣਾ ਦਿੱਤੀ ਹੈ। ਪਰ ਜਿਹੜੀ ਤਕਦੀਰ ਮੈਂ ਹੁਣ ਕਰ ਰਿਹਾ ਵਾਂ ਉਹ ਤੁਹਾਡੀ ਤਕਦੀਰ ਬਣ ਜਾਵੇਗੀ। ਆਪਣੇ ਚਾਰੇ ਪਾਸੇ ਨਜ਼ਰ ਦੌੜਾਓ ਤੇ ਦੇਖੋ ਓਏ ਕਿ ਮੌਤ ਨੇ ਤੁਹਾਨੂੰ ਕਿਹੜੇ ਸ਼ਿਕੰਜੇ ਚੱਕ ਲਿਆ। ਦੇਖ ਜੇ ਕੀ ਹੋਏ ਇਹਨਾਂ ਨੂੰ ਦਾਣਿਆਂ ਵਾਂਗੂ ਪਹੁੰਚਿਓ। ਤੂੰ ਵੀ ਆ ਗਿਆ, ਮੈਂ ਤੇ ਤੇਰੇ ਆਉਣ ਦੀਆਂ ਦੁਆਵਾਂ ਮੰਗ ਲਿਆ ਸਾਂ। ਓਏ ਜਦੋਂ ਜ਼ਿੰਦਗੀ ਵਿੱਚ ਕੀਤੇ ਗਏ ਜ਼ੁਲਮ ਬੰਦੇ ਨੂੰ ਉਠਾਉਂਦੇ ਨੇ ਤੇ ਫਿਰ ਉਹ ਮੌਤ ਦੀ ਵਾਜਾ ਮਾਰਦਾ ਹੈ, ਮੈਂ ਤੈਨੂੰ ਉਸੇ ਜਗ੍ਹਾ ਤੇ ਲਿਜਾ ਕੇ ਮਾਰਾਂਗਾ ਜਿੱਥੇ ਮੇਰੇ ਭਰਾ ਮੈਨੂੰ ਆਖਰੀ ਵਾਜ ਮਾਰੀ ਸੀ। ਓਏ
सही अख्तर कुछ भी नहीं किया, सिर्फ तेनु दसिया कि दोस्ती च कोई अमीरी ते गरीबी नहीं होती। आज मरे लगे तेरे को अपने बेटे की जिंदगी दी मंग रहा वा। नहीं मरण देना बुजुर्गा, इसलिए कि मैं अपनी मां की कबर से एदे खून का छत्ता लाने की कसम खाधी हुई है। मारे तू भी नहीं सकता जवाना, इसलिए कि मैं एदे खून अपने भरा खुशिये दे खून का साथ लैन की सहु खाधी हुई है। बुजुर्गा मर लग्या, मेरी मां ने कहा सी कि खुशिया तुहाडा ताया है। लगन मर गई है, तू सुल्तान है या अरसलान? मेरा नाम सुल्तान है ते एवे मेरा छोटा भरा अरसलान। ओए पुत्रो, मैं ही बदनसीब रंगू हाँ जिन्हों लाले ने खाद की बोरी लैन वास्ते भेज दिता सी, त्या जालम ने मेरे भरा नूं ऐस मिल लई मार चुकिया। मैनू माफ कर दिओ। ओ नहीं ओए, तेनू मारना इसलिए भी जरूरी है, एक जालम दे मरन नाल कई मजलूम जिंदा हो जांदे ने। तुहानू रब दा वास्ता जे मैनू माफ कर दिओ। जाबर खान, जिस जागीर ने उधान लई तू मेरे मजलूम भरा का खून किया, उस जागीर ने तेन तेरी कबर लई दो गज का टुकड़ा नहीं दिता। वैसे तू सा जमीन एक मुर्दा पे हो, और मैं चेरे पुत्र मेरे सिन्ना लगता हूं। सज के आई बेदर्दी बाल।